ਸੱਚੀ ਕਾਲ ਜੀ ਸਾਰਿਆਂ ਨੂੰ ਸਟੱਡੀ ਹੈ ਤਿੰਨ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਪੁਲਿਸ ਦਾ ਜਿਹੜਾ ਸਬ ਇੰਸਪੈਕਟਰ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਆ ਗਿਆ ਹੈ ਵੈਸੇ ਤਾਂ ਇਹ ਕੱਲ 15 ਕੱਲ 25 ਤਰੀਕ ਨੂੰ ਆਉਣਾ ਸੀ ਪਰੰਤੂ ਅੱਜ 6 ਜੁਲਾਈ ਨੂੰ ਆਇਆ ਹੈ 6 ਜੁਲਾਈ ਤੋਂ ਲੈ ਕੇ 27 ਜੁਲਾਈ ਤੱਕ ਜਿਹੜੇ ਤੁਹਾਡੇ ਆਨਲਾਈਨ ਫਾਰਮ ਹੈ ਜਿਹੜੇ ਉਹ ਅਪਲਾਈ ਹੋਣਗੇ ਠੀਕ ਹੈ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਪ੍ਰੈਸ ਨੋਟ ਜਿਹੜਾ ਪੰਜਾਬ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ ਪੰਜਾਬ ਪੁਲਿਸ ਰਿਕਰੂਟਮੈਂਟ ਜਿਹੜੀ 560 ਪੋਸਟਾਂ ਸੀ ਸਬ ਇੰਸਪੈਕਟਰ ਦੀਆਂ ਸਾਰੇ ਕੈਡਰਾਂ ਦੀ ਜਿਸ ਸੰਬੰਧੀ ਜਾਣਕਾਰੀ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਪਾ ਕੇ ਦੱਸ ਦਿੱਤੀ ਸੀ ਸਾਰੇ ਕੈਡਰ ਟੈਕਨੀਕਲ ਇੰਟੈਲੀਜੈਂਸ ਬਿਊਰੋ ਆਫ ਇਨਵੈਸਟੀਗੇਸ਼ਨ ਡਿਸਟ੍ਰਿਕਟ ਹੈੱਡ ਕੁਆਰਟਰ ਸਾਰੇ ਕੈਡਰਾਂ ਦੀ ਕੰਬਾਈਨਡ ਭਰਤੀ ਆਉਣੀ ਹੈ ਠੀਕ ਹੈ ਉਸ ਦੇ ਲਈ ਜਿਹੜਾ ਇਹ ਨੋਟੀਫਿਕੇਸ਼ਨ ਇਹਨਾਂ ਵੱਲੋਂ ਜਾਰੀ ਕਰ ਦਿੱਤਾ ਹੈ ਨੋਟੀਫਿਕੇਸ਼ਨ ਕਿੱਥੇ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਹਲੇ ਪੋਰਟਲ ਜਿਹੜਾ ਖੁੱਲ ਦੇਤੇ ਹੀ ਹੈ ਅਫੀਸ਼ੀਅਲ ਸਾਈਟ ਪੰਜਾਬ ਪੁਲਿਸ ਗਵਰਨ.in ਠੀਕ ਹੈ ਉੱਥੇ ਜਾ ਕੇ ਤੁਸੀਂ ਉਸ ਨੂੰ ਕੋ ਸਾਈਟ ਨੂੰ ਖੋਲ ਕੇ ਚੈੱਕ ਕਰ ਲੈਪੋ ਉਸ ਉੱਤੇ ਹਲੇ ਪੋਰਟਲ ਓਪਨ ਨਹੀਂ ਹੋਇਆ ਜਲਦੀ ਹੀ ਪੋਰਟਲ ਜਿਹੜਾ ਓਪਨ ਹੋ ਜਾਵੇਗਾ ਫਿਰ ਤੁਸੀਂ ਆਨਲਾਈਨ ਜਿਹੜੇ ਫਾਰਮ ਅਪਲਾਈ ਕਰਨੇ ਸ਼ੁਰੂ ਕਰ ਦਿਓ ਅਤੇ ਇਹਨਾਂ ਫਾਰਮਰ ਨੂੰ ਅੱਜ ਦੀ ਜਿਹੜੀ ਆਨਲਾਈਨ ਅਪਲਾਈ ਕਰਨ ਦੀ ਅੱਜ ਦੀ ਪਹਿਲੀ ਡੇਟ ਹੈ 6 ਜੁਲਾਈ 2021 ਅਤੇ ਸਿਰਫ ਤੁਹਾਨੂੰ 20 ਦਿਨ ਦਾ ਸਮਾਂ ਮਿਲੇਗਾ ਇੱਥੇ 27 ਜੁਲਾਈ 2021 ਤੱਕ ਮੈਂ ਤੁਸੀਂ ਆਨਲਾਈਨ ਜਿਹੜੇ ਅਪਲਾਈ ਕਰ ਸਕੋਗੇ ਇਸ ਲਈ ਕੋਈ ਵੀ ਸਟੂਡੈਂਟ ਜਿਹੜਾ ਉਹ ਲਾਸਟ ਡੇਟ ਦੀ ਇੰਤਜ਼ਾਰ ਨਾ ਕਰਿਓ ਨਾਲ ਦੀ ਨਾਲ ਫਾਰਮ ਅਪਲਾਈ ਕਰ ਦਿਓ ਇੱਥੇ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਕਿ ਇਸ ਵਿੱਚ ਜਿਹੜੇ ਆਨਲਾਈਨ ਫਾਰਮ ਅਪਲਾਈ ਕਰਨ ਦੀ ਡੇਟ ਹੈ ਉਹ ਬਿਲਕੁਲ ਵੀ ਐਕਸਟੈਂਡ ਨਹੀਂ ਹੋਵੇਗੀ ਕਿਸੇ ਵੀ ਹਾਲਤ ਵਿੱਚ ਐਕਸਟੈਂਡ ਨਹੀਂ ਹੋਵੇਗੀ ਇਸ ਲਈ ਆਪਣੇ ਫਾਰਮ ਜਿਹੜੇ ਨਾਲ ਦੀ ਨਾਲ ਅਪਲਾਈ ਕਰ ਦਿਓ ਜਦੋਂ ਪੋਰਟਲ ਖੁੱਲ ਗਿਆ ਤਾਂ ਕਿ ਤੁਸੀਂ ਲਾਸਟ ਡੇਟ ਤੱਕ ਜਿਹੜਾ ਰਸ਼ ਹੋਣ ਦੇ ਬਾਅਦ ਕਈ ਵਾਰੀ ਸਾਈਟ ਬਲੌਕ ਹੋ ਜਾਂਦੀ ਜਾਂ ਕੁਝ ਹੋ ਜਾਂਦਾ ਉਦੋਂ ਦਾ ਕੋਈ ਤੁਹਾਨੂੰ ਇਹ ਟੈਨਸ਼ਨ ਦਾ ਸਾਹਮਣਾ ਨਾ ਕਰਨਾ ਪਵੇ ਸਭ ਤੋਂ ਅੱਗੇ ਗੱਲ ਕਰਦੇ ਆ 560 ਵੈਕੈਂਸੀਆਂ ਨੇ ਠੀਕ ਹੈ ਹੋਰ ਡਿਟੇਲ ਚ ਜਾਣਕਾਰੀ ਜੇਕਰ ਦੂਜਾ ਨੋਟੀਫਿਕੇਸ਼ਨ ਆਉਂਦਾ ਹੈ ਤਾਂ ਨਾਲ ਦੀ ਨਾਲ ਉਹ ਵੀ ਤੁਹਾਨੂੰ ਦੇ ਦੇਵਾਂਗਾ ਇਸ ਤੋਂ ਇਲਾਵਾ ਜਿੰਨੇ ਵੀ ਪੰਜਾਬ ਪੁਲਿਸ ਸਰਵਿੰਗ ਇੰਸਪੈਕਟਰ ਦੇ ਪੁਰਾਣੇ ਪੇਪਰ ਹੋਏ ਹਨ ਉਹਨਾਂ ਸਾਰਿਆਂ ਸੰਧੀ ਅਸੀਂ ਪੀਡੀਐਫ ਆਪਣੇ ਟੈਲੀਗ੍ਰਾਮ ਚੈਨਲ ਉੱਤੇ ਪਾ ਚੁੱਕੇ ਹਾਂ ਟੈਲੀਗ੍ਰਾਮ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਉੱਥੋਂ ਜਾ ਕੇ ਪੀਡੀਐਫ ਜਿਹੜੀ ਡਾਊਨਲੋਡ ਕਰ ਲਓ ਇਸ ਤੋਂ ਇਲਾਵਾ ਹੋਰ ਅਪਡੇਟ ਤੁਹਾਨੂੰ ਇੰਸਟਾਗ੍ਰam ਉੱਤੇ ਮਿਲਦੇ ਰਹਿੰਦੇ ਹਨ ਇੰਸਟਾਗ੍ਰam ਦਾ ਪੰਜਾਬ ਪੁਰਸ ਦੀ ਪ੍ਰਤੀਸੰਦੀ ਵੀ ਜਲਦੀ ਅਪਡੇਟ ਆ ਰਿਹਾ ਸਾਰੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਾਂਗੇ ਅੱਜ ਦੀ ਵੀਡੀਓ ਵਿੱਚ ਹੁਣ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਇਨਫੋਰਮੇਸ਼ਨ ਨਾਲ ਤਦ ਤੱਕ ਲਈ ਧੰਨਵਾਦ